ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਕੌਰ ਮੈਂ ਹਰਸ਼ਰਨ ਕੌਰ ਤੇ ਅੱਜ ਕੇਂਦਰੀ ਰੇਲ ਮੰਤਰੀ ਆਪਣਾ ਦੂਜਾ ਰੇਲ ਬਜਟ ਪੇਸ਼ ਕਰਨ ਜਾ ਰਹੇ ਹਨ ਦੁਪਹਿਰ 12 ਵਜੇ ਲੋਕ ਸਭਾ 'ਚ ਸੁਰੇਸ਼ ਪ੍ਰਭੂ ਦਾ ਰੇਲ ਬਜਟ ਸ਼ੁਰੂ ਹੋਵੇਗਾ ਬਜਟ ਵਿੱਚ ਕੀ ਹੋਵੇਗਾ ਖਾਸ ਕੀ ਵਧਣਗੇ ਕਿਰਾਏ ਕੀ ਵਧੇਗਾ ਮਾਲ ਭਾੜਾ ਤੁਹਾਡੇ ਇਲਾਕੇ ਨੂੰ ਨਵੀਆਂ ਟ੍ਰੇਨਾਂ ਮਿਲਣਗੀਆਂ ਕਿ ਨਹੀਂ ਪੰਜਾਬ ਹਰਿਆਣਾ ਹਿਮਾਚਲ ਦੇ ਲਈ ਕਿਹੜੇ ਹੋਣਗੇ ਐਲਾਨ ਅੱਛਾ ਇਹ ਕਈ ਸਵਾਲ ਤੁਹਾਡੇ ਮਨਾਂ ਵਿੱਚ ਹੋਣਗੇ ਜਿਨ੍ਹਾਂ ਜਵਾਬ ਤੁਹਾਨੂੰ ਸਭ ਤੋਂ ਪਹਿਲਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਮਿਲੇਗਾ ਸਾਡੀ ਖਾਸ ਪੇਸ਼ਕਸ਼ ਬੁਲੇਟ ਬਜਟ 'ਚ ਰੇਲ ਬਜਟ ਵਿੱਚ ਕਿਹੜੇ ਖਾਸ ਐਲਾਨ ਹੋ ਸਕਦੇ ਨੇ ਬਜਟ ਵਿੱਚ ਨਵੀਆਂ ਟ੍ਰੇਨਾਂ ਦੇ ਐਲਾਨ ਦੀ ਉਮੀਦ ਘੱਟ ਸਪੈਸ਼ਲ ਟ੍ਰੇਨਾਂ ਦੀ ਸਹੂਲਤ ਰਹਿ ਸਕਦੀ ਹੈ ਜਾਰੀ ਹਰ ਟ੍ਰੇਨ ਵਿੱਚ ਇੱਕ ਨਵਾਂ ਜਨਰਲ ਕੋਚ ਜੋੜਨ ਦਾ ਹੋ ਸਕਦਾ ਐਲਾਨ ਰੇਲ ਯਾਤਰਾ ਨੂੰ ਹਾਈਟੈਕ ਬਣਾਉਣ ਤੇ ਰਹੇਗਾ ਜ਼ੋਰ ਦੱਸ ਦਈਏ ਕਿ ਸਪੈਸ਼ਲ ਟ੍ਰੇਨਾਂ ਦੀ ਸਹੂਲਤ ਜਾਰੀ ਕਿਸ ਨੇ ਕਿਹਾ ਪੰਜਾਬ ਦੇ ਵਿੱਚ ਸੁਪਰਫਾਸਟ ਰੂਟ ਦਾ ਹੋ ਸਕਦਾ ਐਲਾਨ ਅਤੇ ਇਸ ਨਾਲ ਹੀ ਬੱਚਿਆਂ ਅਤੇ ਬਜ਼ੁਰਗਾਂ ਦੇ ਕਿਰਾਏ ਵਿੱਚ ਵੀ ਛੋਟ ਦੀ ਕਟੌਤੀ ਸੰਭਵ ਹੈ ਟ੍ਰੇਨਾਂ ਤੇ ਸਟੇਸ਼ਨਾਂ ਦੀ ਸਫਾਈ ਦੇ ਲਈ ਖਾਸ ਪੈਕੇਜ ਪੀਪੀਪੀ ਯਾਨੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਗ੍ਰੀਨ ਸਟੇਸ਼ਨਾਂ ਦਾ ਐਲਾਨ ਵੀ ਸੰਭਵ ਹੈ ਸੋਲਰ ਐਨਰਜੀ ਵਾਟਰ ਰੀਸਾਈਕਲਿੰਗ ਦੀ ਸਹੂਲਤ ਸ਼ੁਰੂ ਹੋਵੇਗੀ ਪ੍ਰੀਮੀਅਮ ਹਾਈ ਸਪੀਡ ਪਾਰਸਲ ਟ੍ਰੇਨ ਦਾ ਐਲਾਨ ਸੰਭਵ ਹੈ ਅੱਜ ਦੇ ਰੇਲ ਬਜਟ ਦੇ ਵਿੱਚ ਬਦਲ ਸਕਦੀ ਹੈ ਰੇਲ ਦੇ ਡੱਬਿਆਂ ਦੀ ਕਲਰ ਸਕੀਮ ਕੋਚ ਵਿੱਚ ਸਮੋਕ ਡਿਟੈਕਸ਼ਨ ਸਿਸਟਮ ਬਾਰੇ ਐਲਾਨ ਸੰਭਵ ਹੈ ਅੱਜ ਟਾਇਲਟਸ ਨਵੇਂ ਬਣਨਗੇ ਹਰ ਕੋਚ ਵਿੱਚ ਕੂੜੇਦਾਨ ਦੀ ਸਹੂਲਤ ਸੈਮੀ ਤੇ ਹਾਈ ਸਪੀਡ ਟ੍ਰੇਨ ਦੀਆਂ ਬੋਗੀਆਂ ਦਾ ਇਸਤੇਮਾਲ ਸ਼ੁਰੂ ਹੋਵੇਗਾ ਰੇਲ ਮੰਤਰੀ ਸੁਰੇਸ਼ ਪ੍ਰਭੂ ਅੱਜ 12 ਵਜੇ ਪੇਸ਼ ਕਰਨਗੇ ਰੇਲ ਬਜਟ ਕਈ ਉਮੀਦਾਂ ਨੇ ਇਸ ਰੇਲ ਬਜਟ ਤੋਂ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਚੋਣ ਵਾਰਾ ਹੋਣ ਦੇ ਬਾਵਜੂਦ ਪੰਜਾਬ ਦੇ ਲੋਕ ਕਈ ਤੋਹਫਿਆਂ ਦੀ ਉਮੀਦ ਕਰ ਰਹੇ ਨੇ ਸੋ ਕਿਉਂ ਵਧੇਗਾ ਰੇਲਵੇ ਤੇ ਮਾਲੀ ਬੋਝ ਰੇਲਵੇ ਦੀ ਆਮਦਨੀ 3.77% ਘਟੀ ਹੈ ਕਮਾਈ ਘਟਣ ਕਰਕੇ ਰੇਲਵੇ ਨੂੰ 1,17,000 ਕਰੋੜ ਦਾ ਨੁਕਸਾਨ ਹੋਇਆ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਈ 32,000 ਕਰੋੜ ਰੁਪਏ ਦੀ ਜ਼ਰੂਰਤ ਹੈ ਸੋ ਇਨਫਰਾਸਟ੍ਰਕਚਰ ਵਧਾਉਣ ਲਈ ਫੰਡ ਦੀ ਜ਼ਰੂਰਤ ਹੈ ਰੇਲਵੇ ਤੇ ਪਹਿਲਾਂ ਹੀ ਭਾਰੀ ਕਰਜ਼ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਰੇਲ ਕਿਰਾਇਆ ਵਧੇਗਾ ਜਾਂ ਨਹੀਂ ਪਰ ਹੁਣ ਤੱਕ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਰੇਲ ਕਿਰਾਇਆ ਨਹੀਂ ਵਧਾਇਆ ਜਾਵੇਗਾ ਸੋ ਜੋ ਸਹੂਲਤਾਂ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇਗਾ ਨਵੀਆਂ ਟ੍ਰੇਨਾਂ ਚੱਲਣ ਦੀ ਉਮੀਦ ਵੀ ਨਹੀਂ ਜਤਾਈ ਜਾ ਰਹੀ ਸੋ ਪੰਜਾਬ ਦੇ ਲੋਕਾਂ ਨੂੰ ਕਾਫੀ ਉਮੀਦਾਂ ਨੇ ਪਿਛਲੀ ਵਾਰ ਪੰਜਾਬ ਦੇ ਲੋਕਾਂ ਨੂੰ ਹਾਲਾਂਕਿ ਕੁਝ ਨਿਰਾਸ਼ ਜ਼ਰੂਰ ਹੋਣਾ ਪਿਆ ਸੀ ਹੁਣ ਇਸ ਵਾਰ ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਲਗਾਏ ਬੈਠੇ ਨੇ ਵੱਖ ਵੱਖ ਰਿਪੋਰਟਸ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਦੇ ਵਿੱਚ ਪੰਜਾਬ ਦੇ ਲੋਕ ਕਈ ਉਮੀਦਾਂ ਜਤਾ ਰਹੇ ਨੇ ਰੇਲ ਮੰਤਰੀ ਸੁਰੇਸ਼ ਪ੍ਰਭੂ ਤੋਂ ਹੁਣ ਵੇਖਣਾ ਹੋਵੇਗਾ ਕਿ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਪਿਟਾਰੇ 'ਚੋਂ ਆਖਿਰ ਕੀ ਕੁਛ ਨਿਕਲਦਾ ਹੈ ਸੁਪਰਫਾਸਟ ਰੂਟ ਦਾ ਐਲਾਨ ਹੋ ਸਕਦਾ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਨਵੀਆਂ ਟ੍ਰੇਨਾਂ ਨਹੀਂ ਚਲਾਈਆਂ ਜਾਣਗੀਆਂ ਨਹੀਂ ਬਿਲਕੁਲ ਸੁਰੇਸ਼ ਪ੍ਰਭੂ ਰੇਲ ਮੰਤਰੀ ਅੱਜ ਰੇਲ ਬਜਟ ਪੇਸ਼ ਕਰਨ ਜਾ ਰਹੇ ਨੇ ਸੋ ਅੱਜ ਪੇਸ਼ ਹੋਣ ਵਾਲਾ ਰੇਲ ਬਜਟ ਕਿੰਨੀਆਂ ਸੌਗਾਤਾਂ ਲੈ ਕੇ ਆਉਂਦਾ ਹੈ ਲੋਕਾਂ ਲਈ ਕਿੰਨੀ ਕੁ ਰਾਹਤ ਲੈ ਕੇ ਆਉਂਦਾ ਹੈ ਕਿੰਨੀਆਂ ਕੁ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਰੇਲਵੇ ਦੇ ਵਿੱਚ ਇਹ ਸਭ ਤੇ ਸਭ ਦੀ ਅੱਜ ਨਜ਼ਰ ਬਣੀ ਹੋਈ ਹੈ ਸੋ ਇਹੀ ਦੇਖਣਾ ਖਾਸ ਰਹੇਗਾ ਕਿ ਪ੍ਰਭੂ ਦੀ ਰੇਲ ਵਾਲੀ ਜੇਬ ਦੇ ਵਿੱਚੋਂ 3,00,000 ਕਰੋੜ ਰੁਪਇਆਂ ਦੇ ਵਿੱਚੋਂ ਕੀ ਨਿਕਲੇਗਾ ਕਿਹੜੇ ਸੂਬੇ ਨੂੰ ਕੀ ਮਿਲੇਗਾ ਸੋ ਰੇਲ ਬਜਟ 'ਚ ਕਈ ਖਾਸ ਐਲਾਨ ਹੋ ਸਕਦੇ ਨੇ ਸਾਨੂੰ ਪਲ ਪਲ ਦੀ ਜਾਣਕਾਰੀ ਸੀ ਪੰਜਾਬ ਹਰਿਆਣਾ ਹਿਮਾਚਲ ਤੇ ਦਿੰਦੇ ਰਹਾਂਗੇ ਸੋ ਸਾਡੇ ਨਾਲ ਸਾਡੇ ਪੱਤਰਕਾਰ ਵੀ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕੀ ਉਮੀਦਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੀ ਜੋ ਉਮੀਦਾਂ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਕੁਲਬੀਰ ਦੀਵਾਨ ਜੁੜੇ ਹੋਏ ਨੇ ਵਿਸ਼ਾਲ ਦਿਵੇਦੀ ਅਮਨ ਕਪੂਰ ਰਾਜਨ ਗੋਸਾਈ ਚੰਡੀਗੜ੍ਹ ਸ਼ਿਮਲਾ ਅੰਬਾਲਾ ਤੇ ਅੰਮ੍ਰਿਤਸਰ ਤੋਂ ਰਿਪੋਰਟਰ ਸਾਡੇ ਨਾਲ ਜੁੜ ਚੁੱਕੇ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਕਿ ਆਖਿਰ ਕਿੰਨੀਆਂ ਕੁ ਉਮੀਦਾਂ ਨੇ ਕੀ ਕੁਛ ਉਮੀਦਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਆ ਚੰਡੀਗੜ੍ਹ ਕੁਲਬੀਰ ਦੀਵਾਨ ਸਾਡੇ ਨਾਲ ਜੁੜੇ ਹੋਏ ਨੇ ਜੀ ਕੁਲਬੀਰ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਰੇਲ ਪਿਟਾਰੇ ਤੋਂ ਆਖਿਰ ਕੀ ਕੁਛ ਉਮੀਦਾਂ ਨੇ ਕੀ ਕਹਿ ਰਹੇ ਨੇ ਲੋਕ ਬਿਲਕੁਲ ਬਹੁਤ ਸਾਰੇ ਲੋਕ ਸਾਡੇ ਨਾਲ ਨੇ ਇਹਨਾਂ ਤੋਂ ਪੁੱਛ ਲੈਂਦੇ ਕਿ ਇਸ ਵਾਰ ਦਾ ਜਿਹੜਾ ਬਜਟ ਹੋਵੇਗਾ ਰੇਲ ਬਜਟ ਦਾ ਕੀ ਉਮੀਦਾਂ ਤੁਹਾਨੂੰ ਖਾਸ ਤੌਰ 'ਤੇ ਲੱਗ ਰਹੀ ਹੈ ਇਸ ਰੇਲ ਬਜਟ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਜੋ ਨੁਕਸਾਨ ਹੋ ਰਿਹਾ ਸਭ ਪਬਲਿਕ ਦੇ ਉੱਤੇ ਪਾਇਆ ਜਾਏਗਾ ਔਰ ਲੋਕ ਪਰੇਸ਼ਾਨ ਹੋਣਗੇ ਮੋਦੀ ਸਰਕਾਰ ਕਹਿੰਦੀ ਸਵੱਛ ਭਾਰਤ ਬਣਾਵਾਂਗੇ ਸਵੱਛ ਭਾਰਤ ਵਾਲਾ ਕੁਛ ਐਸਾ ਦਿਖ ਨਹੀਂ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਲੋਕਾਂ ਨੂੰ ਡਬਲ ਡਬਲ ਪੈਸੇ ਖਰਚ ਕਰਕੇ ਇੱਕ ਦੂਜੇ ਸਥਾਨ 'ਤੇ ਜਾਣਾ ਪੈ ਰਿਹਾ ਲੋਕਾਂ ਨੂੰ ਟ੍ਰੇਨ ਨਾ ਮਿਲਣ ਦੀ ਵਜ੍ਹਾ ਤੋਂ ਕਦੀ 3-wheeler ਕਰਕੇ ਆਉਣਾ ਪੈ ਰਿਹਾ ਫਿਰ ਇੱਥੋਂ ਹੀ ਵਾਪਸ ਹੋ ਕੇ ਆਪਣਾ ਬੱਸ ਨੂੰ ਪਕੜ ਕੇ ਜਾਣਾ ਪੈ ਰਿਹਾ ਅਤੇ ਇਸ 'ਤੇ ਲੋਕ ਬੜੇ ਪਰੇਸ਼ਾਨ ਨੇ ਇਹਦੇ ਵਾਸਤੇ ਕੋਈ ਨਾ ਕੋਈ ਸੁਵਿਧਾ ਕੀਤੀ ਜਾਵੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਇੱਥੇ ਪਰੇਸ਼ਾਨ ਹੋ ਰਹੇ ਹੋ ਕਿਸ ਤਰ੍ਹਾਂ ਦੀ ਦਿੱਕਤ ਤੁਹਾਨੂੰ ਆਈ ਹੈ ਹਾਂਜੀ ਸਰ ਮੈਂ ਰੋਜ਼ ਆਉਂਦਾ ਇੱਥੇ ਸਰ ਜਦ ਵੀ ਆਉਂਦਾ ਜੀ ਇਹ ਕਹਿ ਦਿੰਦੇ ਆ ਟ੍ਰੇਨ ਰੱਦ ਹੈ ਅੱਜ ਮੇਰਾ ਪੇਪਰ ਸੀ ਔਰ ਮੈਂ ਰੋਜ਼ ਡਬਲ ਕਿਰਾਇਆ ਛੋੜ ਕੇ ਜਾਂ ਲਗਾ ਕੇ ਜਾ ਰਹਾ ਹਾਂ ਜੀ
और मुझे रोज आता हूँ मैं, रोज बोल देते हैं कि ट्रेन रद्द है। तो इस बार का जो रेल बजट होगा क्या उम्मीद चाहते हैं आप और क्या सुधार चाहते हैं? सर यही चाहते हैं कि ट्रेनें कुछ सर चलाने रेट कम हो और ट्रेन चलाने स्टार्ट हो जाए सर, और सर तभी ये ऐसी हो सकता है। सर मोदी सरकार को भी कुछ करना चाहिए। क्या क्या उम्मीद है इस बार के रेल बजट से आपको? क्या क्या उम्मीद है? कोई उम्मीद नहीं है। जब तीन चार दिन हो गए, तीन चार दिन से वापस घूम घूम जा रहे हैं, अब चले अब चल ट्रेनें चालू होंगी, कोई चालू नहीं हो रही है, फिर ऐसे फिर वापस अब घूम के जा रहे हैं, क्या करें? क्या होना चाहिए, क्या होना चाहिए इस बार? क्या होना चाहिए? यही होना चाहिए कि जैसे कोई आदमी दिक्कत में ना पड़े, कोई परेशानी में ना पड़े, जैसे ट्रेनें सारी चला दें, वही अपने लिए सुविधा है। ट्रेन सेवा नू लैके पिछले एक हफ्ते तो जिहड़ी प्रॉब्लम लोगों नू आ रही है, किते ना किते लोग चाहते ने कि उहदे विच सुधार होवे, क्योंकि लोग जिहड़े हैगे ने वह बहुत परेशान ने। जे टाइम की गल करिए, ट्रेन रद्द होने की गल करिए, सूचना की गल करिए, खास तौर पर सूचित नहीं किया जाता यात्रियों को ट्रेन रद्द होकर, क्योंकि इतों ही वापस मुड़ना पैंदा। ते तुसी वेख्या भी कितने कई लोगों दा निराशा वेखण नू मिल रही है इन्हां मुसाफरां दे विच। असीं उम्मीद करदे हां कि इन्हां जो निराशा है जां रेल पिटारा खुलेगा तो इन्हां निराशा खुशी दे विच तब्दील हो जाए। सो ट्रेनां लेट तीफी होवे जां किराया वध होवे, इस नू लैके हर्षण काफी नाराज़ वेख रहे ने मुसाफर। अमृतसर दे लोकां दा की हाल है? बिल्कुल बिल्कुल, अमृतसर तो साडा राजन गुसाई जुड़े हुए ने। जी राजन, अमृतसर दे लोकां नू की रेल तो उम्मीदां ने? अज रेल बजट पेश होण वाला है, की कहना इत्थों दे लोकां दा? गुरु की नगरी जी बिल्कुल हर शरण, जे गल करिए गुरु नगरी अमृतसर दी, ते अमृतसर दे लोकां दी इको डिमांड हमेशा रहिंदी है कि जिहड़ी ट्रेनस ने ओह ट्रेन टाइम सिर चले, क्योंकि काफ़ी लेट लतीफी इत्थे देखण नूं मिलदी। इस तों अलावा जे गल करिए गुरु नगरी अमृतसर दे विच टूरिस्ट जिहड़े ने ओह बहुत ज़्यादा आउंदे ने, क्योंकि सचखंड श्री हरिमंदर साहब दे दर्शन करने लोग इत्थे आउंदे ने। इस तों बाद जलियांवाला बाग जांदे ने, और शाम नूं जिहड़ा वाहका बॉर्डर ते जे अटारी बॉर्डर दे उत्ते जिहड़ी रीट्रीट हुंदी है ओहनूं देखण लई आउंदे ने। लेकिन जदों अमृतसर दे रेलवे स्टेशन ते पहुंचदे ने ते इत्थे जिहड़ा साफ सफाई नहीं हैगी, गंदगी देखने को मिलती है, या जिस तरह का भी माहौल जिहड़ा इत्थे उह सही नहीं मिलता, तो उन्होंने कुछ ना कुछ निराशा आती है। इस लिए गुरु नगरी के जिहड़े लोग ने वो चाहते हैं कि अमृतसर का जिहड़ा रेलवे स्टेशन है एक मॉडल रेलवे स्टेशन होवे, क्योंकि जे इत्थे कोई टूरिस्ट आते हैं तो उन्होंने इत्थे आंदे एक सुहावना जिहड़ा माहौल इत्थे वेखण नू मिले। हालांकि पिछली बार भी यह कहा गया कि अमृतसर के रेलवे स्टेशन के उत्ते एयरपोर्ट वर्गियां जिहड़ियां सुविधावां इत्थे दित्तियां जाणगियां, लेकिन वो पूरी वह वादा जिहड़ा पूरा नहीं होया। एक्सीलेटर 6 एक्सीलेटर इत्थे लगाए जाने सन, लेकिन एक एक्सीलेटर इत्थे लगा वह भी वर्किंग कंडीशन च नहीं है, तो लोग चाहते हैं कि वध तो वध सुविधावां जिहड़ियां इत्थे दित्तियां जाण, ताकि जी राजन, क्योंकि अमृतसर एक सैर सपाटे का भी वड्डा केंद्र है, तो सिख धर्म का भी एक जिहड़ा मेन गुरु घर है, गुरु की नगरी है अमृतसर। दूर दूर तो देश विदेश तो लोग आते हैं। सो रेल बजट नू लैके अज की उम्मीदां ने? लोग भी बहुत कुछ चाहते ने कि गुरु की नगरी लई सानू बहुत सारिया जिहड़ियां सहूलतां ने ओह दित्तियां जाण। सो अज खास पेशकश साडी बुलेट बजट, रेल बजट दे विच अज किहड़े खास ऐलान हो सकते ने, प्रभु दी जो पिटारा है उस दे विचों की निकल सकता है, किस सूबे लई ज़्यादा हो सकता है, समाज के किहड़े वर्ग लई की कुछ आ सकता है, हर वर्ग नू अज एक्साइटमेंट अर्श दे देख लिए तां बनी हुई है, चाहे औरतां होण, चाहे बजुर्ग होण, चाहे पढ़न वाले बच्चे होण, या कोई भी वर्ग है जिहड़ा उस नू अपने अपने पद्धर ते जिहड़ी एक्साइटमेंट हो रही है। हर कोई अपने अकॉर्डिंग देख रहा है कि बजट दे विचों की कुछ निकलेगा, उस अकॉर्डिंग की रेल किराया घटेगा या वधेगा, की कुछ होवेगा, इस ते हर किसी दी नजर बिल्कुल बनी हुई है। बिल्कुल, और साडे नाल चार रिपोर्टर ने जिहड़े लगातार साडे नाल बने हुए ने, कुलवीर दीवान चंडीगढ़ तो, राजन गुसाई अमृतसर तो, अमन कपूर अंबाला तो साडे नाल जुड़े हुए ने, विशाल द्विवेदी हिमाचल तो। हुण सब तो पहला असीं अमन कपूर कोल चलांगे। अंबाला जी, अमन इत्थों दे लोकां नूं की उम्मीदां ने, और वख-वख वर्गां दे लोक की आसां लैके बैठे ने प्रभु तो? देखिए, अंबाला की बात की जाए तो काफ़ी बड़ा रेलवे स्टेशन है और कई राज्यों को ये रेलवे स्टेशन जोड़ता है। जो पिछले दिनों रेल मंत्रालय द्वारा या रेल विभाग द्वारा कहा जाए जो सुविधाएं बढ़ाई गई हैं, उससे यहाँ उम्मीदें काफ़ी लोगों को बढ़ गई हैं, और लोग चाहते हैं कि जो सुविधाएं बढ़ाई गई हैं उनमें और बढ़ोतरी होनी चाहिए। साथ साथ सुरक्षा, साफ सफाई, इन चीज़ों की तरफ ध्यान देने की ज़रूरत जो है लोगों की डिमांड है, और जो डेली पैसेंजर्स हैं वो चाहते हैं कि ऐसी ट्रेनें चलाई जाएँ ताकि जो डेली पैसेंजर्स हैं उन्हें किसी तरह की दिक्कत ना हो। ये रेल बजट काफ़ी खास रहने वाला है, इसको लेकर अम्बाला टेंट रेलवे स्टेशन पर भी जो काफ़ी जो है चेंजेस किए गए हैं, साफ सफाई दिखाई दे रही है, विशेष तौर पर सुरक्षा के काफ़ी इंतजाम किए गए हैं। ये जो रेल बजट है लोगों को लाइव दिखाई दे, इसको लेकर मल्टी स्क्रीन्स भी
अंबाला कैंट रेलवे स्टेशन पर लगाई गई है। जो रेल बजट कुछ देर में अनाउंस होगा उसमें जो ये रेल बजट है स्क्रीन के जरिए लोगों को लाइव दिखाई देगा और लोग यहीं अपनी प्रतिक्रिया देख पाएंगे कि कैसा ये रेल बजट हो। हालांकि रेलवे की तरफ से पहले ही जो लोकल नुमाइंदे हैं उनसे इसको लेकर सलाह मशवरा किया गया था। जो रेल यात्री हैं आम उनसे डिमांड्स मांगी गई थी कि किस तरह का रेल बजट हो, उसमें लोगों ने अपनी जो राय है वो खुल कर दी थी। जी जी, जिस तरह अमन पहले ही पता लग चुका है कि किराए विच वादा पूरी होप है कि नहीं होवेगा और ट्रेन भी शायद कोई नवी ट्रेन भी ना आवे, इस तो इलावा लोगों नू की उम्मीद हो सकती है कि होर की उन्होंने आसा हो सकती ने? किराया तो जाहिर जी गल है ऐलान कर ही दिता कि शायद नहीं वधेगा। देखिए लोगों से हमारी बातचीत है, लोगों का कहना है कि किराया अगर बढ़ भी जाता है तो उन्हें किसी तरह की कोई दिक्कत नहीं है क्योंकि रेलवे का किराया जो है पहले ही बहुत कम है और लोग चाहते हैं कि सुविधाएं अगर बढ़ जाएं और उस सुविधा शुल्क के नाम पर अगर उनसे पैसे लिए भी जाते हैं तो उन्हें इस तरह की कोई भी दिक्कत नहीं है। साथ साथ जो टिकट बुकिंग प्रणाली है उसमें लोग चाहते हैं कि वो थोड़ा जो है कम किया जाए, उसको लेकर जो है आसान किया जाना चाहिए, महिलाओं की सुरक्षा सुनिश्चित की जानी चाहिए, जो रेलवे के आरपीएफ रहती है जीआरपी रहती है उनकी तैनाती कम रहती है गाड़ियों के अंदर, तो इस तरह की चीज़ों में कुछ चेंजेस की ज़रूरत लगातार लोग करते आ रहे हैं। हालांकि पिछले जो अरसा रहा है उसमें चेंजेस नहीं हुए थे लेकिन अब पिछले कुछ दिनों में काफ़ी चेंजेस दिखाई दे रहे हैं, लोगों का काफ़ी उम्मीद भी बढ़ी है। तो इस बार जो बजट रहे लोग चाहते हैं कि उनकी सुविधाओं की तरफ ध्यान दिया जाए। हालांकि रेल जो बताया जा रहा कि गाड़ियाँ नहीं बढ़ेंगी, जनरल डिब्बे जरूर लगाए गए हैं, ये डिमांड अम्बाला के लोगों की विशेष तौर पर रही थी कि जनरल डिब्बे अगर और गाड़ी में लगाए जाए तो जो भीड़ है वो कम हो पाएगी। तो बिल्कुल मुसाफरा की सुविधा और सहूलत का ध्यान रखा जाए, मुसाफर चाहते हैं तो हूं तक जो जानकारी मिल रही है उस मुताबिक जो किराया नहीं वधेगा पर प्रीमियम किराया वध सकता है जिस नाल मुसाफरां नू जो सहूलत है उन्होंने जो सुविधा उसका खास ध्यान रखा जाएगा। हुण शिमला के लोगों की उम्मीदा ने विशाल द्विवेदी सी मीडिया पत्रकार सा लगातार जुड़े हुए हैं, उन्होंने पूछते हैं जी विशाल शिमला के लोग आखिर की उम्मीद कर रहे ने प्रभु तो? आवाज सुन पा रहे हो विशाल जी? अर्श मैनू लगता कोई तकनीकी खराबी करके शायद आवाज नहीं पहुंच पा रही, पर जे देखिए तो शिमला जो है वो एक बहुत वड्डा सैर सपाटे दा वड्डा केंद्र है देश जी। हुण चंडीगढ़ ले चलदे आ, चंडीगढ़ दे लोकां नूं आखिर की उम्मीदां ने? असीं पहला जाणदे सी लोग कुछ निराश दिखाई दे सी, कुलबीर दीवान तो जाणदे आ जी। कुलबीर पहला असीं जाणदे आ कि मुसाफर कुछ निराश देख रहे सी सहूलतां तो सुविधावां तो, पर जो जानकारी मिल रही है उस मुताबिक किराया नहीं वधेगा, हालांकि नवीं ट्रेनां भी नहीं चलाईयां जाणगियां, सो इस तों लैके मुसाफरां दा की कहना है कुलबीर? बिल्कुल कुछ लोग हैगे ने साढ़े नाल ने, तुसीं दसो कि इस बार का जिहड़ा रेल बजट होएगा उस विच ये संकेत मिल रहे ने कि किराया नहीं वधेगा, इस नूं किस तरह तुसीं देखदे हो? ये रेल बजट दे विच जरूरी है भी किराया घट होना चाहिए ते यात्री नूं सुविधा मिले, जे ट्रेन लेट हुंदी है ओह लेट नहीं होनी चाहिए। ये दो दो घंटे हुण असीं फलोर तों आए हैं, इत्थे दो घंटे रस्ते दे विच ट्रेन रुकी रही है, जिहड़ी 5:30 इत्थे पहुँचती सीगी ओह ट्रेन 7 बजे पहुँची है डेढ़ घंटे। और की तुसी उम्मीद करते हो कि ऐतकी जिहड़ा रेल बजट होएगा की तुहानू उम्मीदां ने की उम्मीदां दे? सानू उम्मीद हैगी भी किराया घट होएगा, जिहड़ियां ट्रेनां हैगियां सानू चाहीदी है साढ़े मलोट के शहर के साढ़े जिते उत्थे धरना दिता होया है चाहे तो 6 महीने तो पहला उत्थे ट्रेन नहीं रुक रही, वो जरूरी ट्रेन रुकनी चाहिए है, उत्थे असीं बहुत ज़्यादा धरना दिता है मलोट शहर के मुकतसर जिले के, वो ट्रेन रुकनी जरूरी है, उत्थे साढ़े प्रधान जी बैठे होंगे है। चंडीगढ़ तो कितने कितने जानी चाहिए है ट्रेन, होर किन्नी किन्नी सेवा इतनी बदनी? मेरा वाजी होती चंडीगढ़ तो चेन्नई वगैरह सारे चलनी चाहिए है ट्रेन इतों, जिमें साढ़े गंगा नगर सफर घट है इधर इधर होर चलनी चाहिए है भी, बाकी जिते नेड़े नेड़े सारे भी जरूरी है राजस्थान हरियाणा भी पूरा सुविधा बहुत घट मिल रही है, ये ज़्यादा मिलनी चाहिए है। कितने कितने सुविधावां विच जिहड़ी है इजाफा चाहते ने लोग, तो कितने ना कितने ये भी कहते हैं कि जिहड़े ट्रेन रद्द होंदिया ने तो उन्हां दी सूचना नहीं दी जाती, वो सिस्टम जिहड़ा हैगा प्रणाली जिहड़ी हैगी उहदे विच सुधार होना चाहिए, तो होर किराए नूं लैके भी लोगों का यही उम्मीद है कि किराया बेशक नहीं वध रहा एक चंगी गल है, परंतु किते ना किते सुविधावां दे नाल समझौता नहीं करना चाहिए क्योंकि इस तो पहले भी जिहड़े यात्रियों नाल जिहड़े मुसाफिरों नाल साडी गल होई सी उहनां दा यही कहना सी कि किराया भावें वध जावे
ਕਿਰਾਏ ਵਿੱਚ ਭਾਵੇਂ ਮਾਮੂਲੀ ਜਿਹੜੀ ਹੈਗੀ ਬੜੋਤਰੀ ਜਿਹੜੀ ਹੈਗੀ ਹੈ ਉਹ ਹੋ ਜਾਵੇ, ਪਰੰਤੂ ਸੁਵਿਧਾਵਾਂ ਦੇ ਨਾਂ ਤੋਂ ਕੰਨੀ ਨਹੀਂ ਕੱਟਣੀ ਚਾਹੀਦੀ, ਮਤਲਬ ਸੁਵਿਧਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਿੱਚ ਇਜਾਫਾ ਹੋਣਾ ਚਾਹੀਦਾ। ਸੋ ਟ੍ਰੇਨਾਂ ਦੇ ਲੇਟ ਦਾ ਤੀਸ ਤੇ ਇੱਕ ਮੁੱਖ ਮੁੱਦਾ ਹੈ, ਟ੍ਰੇਨਾਂ ਲੇਟ ਦਾ ਤੀਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚਿੰਤਾ ਜਤਾ ਚੁੱਕੇ ਨੇ ਅਤੇ ਰੇਲ ਮੰਤਰੀ ਨੇ ਇਸੇ ਐਕਸ਼ਨ ਲੈਣ ਦੀ ਗੱਲ ਕਹਿ ਚੁੱਕੇ ਨੇ। ਹਰ ਵਾਰ ਰੇਲ ਬਜਟ ਤੋਂ ਪਹਿਲਾਂ ਸਵਾਲ ਉੱਠਦਾ ਹੈ ਕਿ ਆਖਰ ਜੋ ਟ੍ਰੇਨਾਂ ਨੇ ਸਮੇਂ ਸਿਰ ਕਦੋਂ ਦੌੜਨਗੀਆਂ, ਤੇ ਇਹ ਸਵਾਲ ਇਸ ਵਾਰ ਵੀ ਲੋਕਾਂ ਦੇ ਮਨਾਂ ਵਿੱਚ, ਮੁਸਾਫਰਾਂ ਦੇ ਮਨਾਂ ਵਿੱਚ ਉੱਠ ਰਿਹਾ ਅਤੇ ਇਹਨਾਂ ਸਾਰੇ ਸਵਾਲਾਂ ਜਵਾਬ ਮਿਲਣਗੇ 12 ਵਜੇ ਜਦੋਂ ਰੇਲ ਮੰਤਰੀ ਸੁਰੇਸ਼ ਪ੍ਰਭੂ ਰੇਲ ਬਜਟ ਪੇਸ਼ ਕਰਨਗੇ। ਚਾਰ ਰਿਪੋਰਟਰ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰੇਲ ਬਜਟ ਦੇ ਵਿੱਚ ਕਿਹੜੇ ਖਾਸ ਐਲਾਨ ਅੱਜ ਦੇਸ਼ਵਾਸੀਆਂ ਲਈ ਹੋ ਸਕਦੇ ਨੇ। ਬਜਟ ਦੇ ਵਿੱਚ ਨਵੀਆਂ ਟ੍ਰੇਨਾਂ ਦੇ ਐਲਾਨ ਦੀ ਉਮੀਦ ਘੱਟ ਜਤਾਈ ਜਾ ਰਹੀ ਹੈ, ਇਸ ਦੇ ਨਾਲ ਨਾਲ ਸਪੈਸ਼ਲ ਟ੍ਰੇਨਾਂ ਦੀ ਸਹੂਲਤ ਰਹਿ ਸਕਦੀ ਹੈ ਜਾਰੀ। ਹਰ ਟ੍ਰੇਨ ਦੇ ਵਿੱਚ ਇੱਕ ਨਵਾਂ ਜਨਰਲ ਕੋਚ ਜੋੜਨ ਦਾ ਐਲਾਨ ਵੀ ਹੋ ਸਕਦਾ ਹੈ। ਸੋ ਕਈ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ, ਪਰ ਅਸਲ ਤਸਵੀਰ ਤਾਂ 12 ਵਜੇ ਸਾਫ਼ ਹੋਵੇਗੀ ਜਦੋਂ ਰੇਲ ਮੰਤਰੀ ਬਜਟ ਪੇਸ਼ ਕਰਨਗੇ। ਇਸ ਨਾਲ ਕਿਹਾ ਜਾ ਰਿਹਾ ਕਿ ਰੇਲ ਯਾਤਰਾ ਨੂੰ ਹਾਈਟੈਕ ਬਣਾਉਣ ਤੇ ਵੀ ਜ਼ੋਰ ਰਹੇਗਾ। ਬਿਲਕੁਲ, ਔਰ ਸੁਪਰ ਫਾਸਟ ਰੂਟ ਦਾ ਐਲਾਨ ਹੋ ਸਕਦਾ ਹੈ। ਦੱਸ ਦਈਏ ਕਿ ਸਪੈਸ਼ਲ ਟ੍ਰੇਨਾਂ ਦੀ ਸਹੂਲਤ ਹੈ ਜਿਹੜੀ ਉਹ ਹੋ ਸਕਦੀ ਹੈ, ਹਰ ਟ੍ਰੇਨ ਦੇ ਵਿੱਚ ਇੱਕ ਨਵਾਂ ਜਨਰਲ ਕੋਚ ਉਹ ਉਸਦਾ ਐਲਾਨ ਹੋ ਸਕਦਾ ਹੈ। ਸੁਪਰ ਫਾਸਟ ਰੂਟ ਦਾ ਐਲਾਨ ਹੋ ਸਕਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਦੇ ਕਿਰਾਏ ਵਿੱਚ ਛੋਟ ਦੀ ਕਟੌਤੀ ਸੰਭਵ ਹੈ। ਸੋ ਅੱਜ ਜੋ ਰੇਲ ਬਜਟ ਪੇਸ਼ ਕਰਨ ਜਾ ਰਹੇ ਨੇ, ਪ੍ਰਭੂ ਆਪਣਾ ਪਿਟਾਰਾ ਖੋਲਣਗੇ, ਉਹ ਇਹ ਹਾਲੇ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ। ਜਦੋਂ ਪਿਟਾਰਾ ਖੋਲਣਗੇ ਉਦੋਂ ਹੀ ਪਤਾ ਲੱਗੇਗਾ ਕਿ ਦੇਸ਼ ਵਾਸੀਆਂ ਲਈ ਕੀ ਕੁਛ ਨਿਕਲ ਕੇ ਸਾਹਮਣੇ ਆਇਆ। ਇਸ ਦੇ ਨਾਲ ਹੀ ਟ੍ਰੇਨਾਂ ਅਤੇ ਸਟੇਸ਼ਨਾਂ ਦੀ ਸਫਾਈ ਦੇ ਲਈ ਖਾਸ ਪੈਕੇਜ PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਗ੍ਰੀਨ ਸਟੇਸ਼ਨਾਂ ਦਾ ਐਲਾਨ ਸੰਭਵ ਹੈ। ਸੋਲਰ ਐਨਰਜੀ, ਵਾਟਰ ਰੀਸਾਈਕਲਿੰਗ ਦੀ ਸਹੂਲਤ ਵੀ ਸ਼ੁਰੂ ਹੋਵੇਗੀ, ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰੀਮੀਅਮ ਹਾਈ ਸਪੀਡ ਪਾਰਸਲ ਟ੍ਰੇਨ ਦਾ ਐਲਾਨ ਸੰਭਵ ਹੈ ਅਤੇ ਬਦਲ ਸਕਦੀ ਹੈ ਰੇਲ ਦੇ ਡਿੱਬਿਆਂ ਦੀ ਕਲਰ ਸਕੀਮ। ਇਹ ਕੁਝ ਕਿਹਾ ਜਾ ਰਿਹਾ ਹੈ ਇਸ ਰੇਲ ਬਜਟ ਨੂੰ ਲੈ ਕੇ। ਪਿਛਲੀ ਵਾਰ ਵੀ ਨਵੀਆਂ ਟ੍ਰੇਨਾਂ ਨਹੀਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਰੇਲ ਕਿਰਾਇਆ, ਹਾਲਾਂਕਿ ਰੇਲ ਬਜਟ ਦੇ ਵਿੱਚ ਤਾਂ ਨਹੀਂ ਇਸਦਾ ਕੋਈ ਐਲਾਨ ਕੀਤਾ ਗਿਆ ਸੀ, ਪਰ ਜਦ ਮੋਦੀ ਸਰਕਾਰ ਆਈ ਉਸ ਤੋਂ ਬਾਅਦ ਹਰਸ਼ਰਨ ਦੋ ਵਾਰ ਰੇਲ ਕਿਰਾਇਆ ਵੱਧ ਚੁੱਕਿਆ। ਹੁਣ ਵੇਖਣਾ ਹੋਵੇਗਾ ਕਿ ਰੇਲ ਕਿਰਾਇਆ ਵਧਾਇਆ ਤਾਂ ਨਹੀਂ ਜਾਏਗਾ, ਪਰ ਕੀ ਲੋਕਾਂ ਨੂੰ ਕੁਝ ਰਾਹਤ ਮਿਲੇਗੀ, ਰੇਲ ਕਿਰਾਇਆ ਘਟਾਇਆ ਜਾਏਗਾ ਜਾਂ ਨਹੀਂ। ਹਾਲਾਂਕਿ ਹੁਣ ਜੋ ਲੋਕ ਹੈ ਲੋਕਾਂ ਦੀ ਮੰਗ ਹੈ ਕਿ ਸਹੂਲਤ ਮਿਲਣੀ ਚਾਹੀਦੀ ਹੈ, ਸੁਵਿਧਾ ਮਿਲਣੀ ਚਾਹੀਦੀ ਹੈ। ਸਫਾਈ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਉਹਨਾਂ ਦੀ ਡਿਮਾਂਡ ਰਹਿੰਦੀਆਂ ਨੇ, ਸਮੋਕ ਵਗੈਰਾ ਨਾ ਹੋਵੇ, ਸਮੋਕ ਡਿਟੈਕਸ਼ਨ ਸਿਸਟਮ ਬਾਰੇ ਜਿਹੜਾ ਅੱਜ ਦੇ ਰੇਲ ਬਜਟ ਦੇ ਵਿੱਚ ਐਲਾਨ ਸੰਭਵ ਹੈ। ਨਾਲੇ ਹਰਸ਼ਨ, ਜਦੋਂ ਮੋਦੀ ਸਰਕਾਰ ਆਈ ਸੀ ਮੋਦੀ ਸਰਕਾਰ ਦਾ ਏਜੰਡਾ ਹੀ ਇਹੀ ਰਿਹਾ ਸੀ ਕਿ ਸਵੱਛ ਰੇਲ ਹੋਵੇ। ਸੋ ਹਾਲਾਂਕਿ ਪਿਛਲੀ ਵਾਰ ਵੀ ਕਈ ਐਲਾਨ ਕੀਤੇ ਗਏ, ਪਰ ਜੋ ਐਲਾਨ ਸੀ ਪਟੜੀ ਤੇ ਕੁਝ ਖਾਸ ਨਹੀਂ ਵਿਖਾਈ ਦੇ ਰਹੇ। ਬਿਲਕੁਲ ਬਿਲਕੁਲ, ਇਹ ਹਰ ਵਾਰ ਇਹ ਦੇਖਣ ਵਾਲੀ ਗੱਲ ਰਹਿੰਦੀ ਅਰਸ਼, ਕਿ ਜੋ ਐਲਾਨ ਕੀਤੇ ਜਾਂਦੇ ਨੇ ਉਹਨਾਂ ਵਿੱਚੋਂ ਕਿੰਨੇ ਐਲਾਨ ਨੇ ਜਿਹੜੇ ਉਹਨੂੰ ਅਮਲੀ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਦੇ ਨੇ ਸਹੂਲਤਾਂ ਬਣ ਕੇ। ਇਸ ਦੇ ਨਾਲ ਨਾਲ ਟਾਇਲਟਸ ਨਵੇਂ ਬਣਨਗੇ, ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸਦਾ ਐਲਾਨ ਹੋਵੇਗਾ। ਹਰ ਕੋਚ ਦੇ ਵਿੱਚ ਕੂੜੇਦਾਨ ਦੀ ਸਹੂਲਤ, ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਕੋਚ ਦੇ ਵਿੱਚ ਦੇਖੀਏ ਜਨਰਲ ਡੱਬਿਆਂ ਦੇ ਵਿੱਚ ਆਮ ਤੌਰ 'ਤੇ ਕੂੜੇਦਾਨ ਜਿਹੜੇ ਨਹੀਂ ਹੁੰਦੇ ਅਤੇ ਕੂੜਾ ਕਰਕਟ ਖਿਲ ਰਿਹਾ ਹੁੰਦਾ। ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਜਿਹੜਾ ਰੇਲ ਮੰਤਰੀ ਪ੍ਰਭੂ ਉਹ ਰੇਲ ਬਜਟ ਆਪਣਾ ਪੇਸ਼ ਕਰਨ ਜਾ ਰਹੇ ਨੇ, ਲਗਭਗ 12 ਵਜੇ ਦੇ ਕਰੀਬ ਉਹ ਰੇਲ ਬਜਟ ਪੇਸ਼ ਕਰਨਗੇ। ਦੱਸ ਦਈਏ ਤੁਹਾਨੂੰ ਸਾਡੇ ਨਾਲ ਚਾਰ ਰਿਪੋਰਟਰ ਨੇ ਲਗਾਤਾਰ ਵੱਖ ਵੱਖ ਸੂਬਿਆਂ ਤੋਂ ਵੱਖ ਵੱਖ ਸ਼ਹਿਰਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਰਾਜਨ ਗੁਸਾਈ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ, ਸਭ ਤੋਂ ਪਹਿਲਾਂ ਰਾਜਨ ਗੁਸਾਈ ਕੋਲ ਹੀ ਚੱਲਦੇ ਹਾਂ। ਜੀ ਰਾਜਨ, ਜੇ ਗੱਲ ਕਰੀਏ ਔਰਤਾਂ ਦੀ ਤਾਂ ਔਰਤਾਂ ਦੀ ਜਾਂ ਬੱਚਿਆਂ ਦੀ ਜਾਂ ਬਜ਼ੁਰਗਾਂ ਦੀ, ਉਹਨਾਂ ਦੇ ਵੀ ਆਪਣੇ ਆਪਣੀਆਂ ਕੁਝ ਖਾਸ ਮੰਗਾਂ ਹੁੰਦੀਆਂ ਨੇ ਰੇਲ ਬਜਟ ਨੂੰ ਲੈ ਕੇ। ਸੋ ਖਾਸ ਤੌਰ 'ਤੇ ਔਰਤਾਂ ਦੀ ਜੇ ਗੱਲ ਕਰੀਏ, ਉਹਨਾਂ ਦੀਆਂ ਕੀ ਉਮੀਦਾਂ ਨੇ ਇਸ ਵਾਰ ਦੇ ਬਜਟ 'ਚ? ਜੀ ਬਿਲਕੁਲ ਸ਼ਰਨ, ਜੇ ਦੇਖੀ ਗੱਲ ਕੀਤੀ ਜਾਵੇ ਔਰਤਾਂ ਦੀ, ਤੇ ਔਰਤਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸੁਰੱਖਿਆ ਨੂੰ ਲੈ ਕੇ ਆ, ਰੇਲਵੇ ਦੇ ਸਟੇਸ਼ਨ ਤੋਂ ਲੈ ਕੇ ਰੇਲ ਗੱਡੀ ਦੇ ਵਿੱਚ ਸੁਰੱਖਿਆ ਦੀ ਜਿਹੜੀ ਸਮੱਸਿਆਵਾਂ ਦੇ ਨਾਲ ਉਹਨਾਂ ਨੂੰ ਦੋ ਚਾਰ ਹੋਣਾ ਪੈਂਦਾ, ਉਸ ਨੂੰ ਲੈ ਕੇ ਸੁਰੱਖਿਆ ਦੀ ਮੰਗ ਕਰ ਰਹੀਆਂ ਨੇ ਔਰਤਾਂ। ਔਰ ਇਹਨਾਂ ਕਿਹਾ ਜਾ ਰਿਹਾ ਕਿ ਜੇ ਸਟੇਸ਼ਨ ਔਰ ਰੇਲ ਗੱਡੀ ਦੇ ਵਿੱਚ ਜੇ RPF ਜਾਂ GRPF ਜੇ ਤੈਨਾਤ ਹੋਵੇ ਤਾਂ ਉਹਦੇ ਨਾਲ ਉਹ ਕਾਫੀ ਸੁਰੱਖਿਅਤ ਮਹਿਸੂਸ ਕਰਦੀਆਂ। ਹਾਲਾਂਕਿ ਪਿਛਲੀ ਵਾਰ ਕਿਹਾ ਗਿਆ ਸੀ ਕਿ ਰੇਲ ਗੱਡੀਆਂ ਦੇ ਵਿੱਚ CCTV ਕੈਮਰੇ ਵੀ ਲਗਾਏ ਜਾਣਗੇ, ਮਹਿਲਾ ਕੋਚ ਜਿਹੜੀ ਬਣਾਈ ਜਾਏਗੀ ਉਹਦੇ ਵਿੱਚ CCTV ਕੈਮਰੇ ਲਗਾਏ ਜਾਣਗੇ, ਰੇਲਵੇ ਸਟੇਸ਼ਨਸ ਤੇ ਜਿਹੜੇ ਆ ਕੈਮਰੇ ਲਗਾਏ ਜਾਣਗੇ। ਕਿਤੇ ਨਾ ਕਿਤੇ ਹਜੇ ਤੱਕ ਯੋਜਨਾ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ, ਔਰ ਮਹਿਲਾਵਾਂ ਦੀ ਇਹੀ ਮੰਗ ਆ ਕਿ ਜਿਹੜੀ CCTV ਕੈਮਰੇ ਔਰ ਸੁਰੱਖਿਆ ਦੀ ਜਿਹੜੀ ਗੱਲ ਕੀਤੀ ਗਈ ਸੀ ਪਿਛਲੇ ਬਜਟ ਦੇ ਵਿੱਚ, ਉਹਨੂੰ ਜਿਹੜਾ ਅਮਲੀ ਜਾਮਾ ਜਿਹੜਾ ਪਹਿਨਾਇਆ ਜਾਵੇ। ਜੀ ਜੀ ਰਾਜਨ, ਇਸ ਦੇ ਨਾਲ ਹੀ ਜਾਣਨਾ ਚਾਹਾਂਗੇ ਗੁਰੂ ਕੀ ਨਗਰੀ ਅੰਮ੍ਰਿਤਸਰ ਹੈ, ਇੱਥੇ ਯਾਤਰਾ ਲਈ ਜਿਹੜੇ ਲੋਕ ਨੇ ਬਹੁਤ ਦੂਰੋਂ ਦੂਰੋਂ ਆਉਂਦੇ ਨੇ, ਗੱਡੀਆਂ ਦੀ ਲੇਟ ਲਤੀਫੀ ਹੈ, ਇਸ ਨੂੰ ਲੈ ਕੇ ਵੀ ਯਾਤਰੀ ਜਿਹੜੇ ਕਾਫੀ ਪਰੇਸ਼ਾਨ ਰਹਿੰਦੇ ਨੇ, ਔਰ ਗੁਰੂ ਕੀ ਨਗਰੀ ਦਾ ਅੰਮ੍ਰਿਤਸਰ ਦਾ ਕੀ ਹਾਲ ਹੈ, ਉੱਥੋਂ ਦੇ ਰੇਲਵੇ ਦਾ ਕੀ ਹਾਲ ਹੈ, ਕੀ ਸਮੇਂ ਸਿਰ ਪਹੁੰਚਦੀਆਂ ਨੇ ਜਾਂ ਲੇਟ ਲਤੀਫੀ, ਇੱਥੇ ਵੀ ਲੋਕਾਂ ਦੀ ਨਾਰਾਜ਼ਗੀ ਬਣੀ ਹੋਈ ਹੈ?
ਜੀ ਬਿਲਕੁਲ ਲੇਟ ਲਤੀਫੀ ਇੱਥੇ ਵੀ ਜਿਹੜੀ ਹੈ ਬਿਲਕੁਲ ਬਣੀ ਹੁੰਦੀ ਹੈ ਲੋਕ ਕਾਫੀ ਨਾਰਾਜ਼ ਨੇ ਉਹਦਾ ਇੱਕ ਕਾਰਨ ਇਹ ਵੀ ਦੱਸਿਆ ਗਿਆ ਮੁਸਾਫਰਾਂ ਵੱਲੋਂ ਕਿ ਜਿਹੜੇ ਪਲੇਟਫਾਰਮ ਨੇ ਅੰਮ੍ਰਿਤਸਰ ਦੇ ਵਿੱਚ ਪਲੇਟਫਾਰਮ ਰੇਲਵੇ ਸਟੇਸ਼ਨ ਦੇ ਵਿੱਚ ਪਲੇਟਫਾਰਮ ਜਿਹੜੇ ਨੇ ਉਹ ਘੱਟ ਨੇ ਇਸ ਕਾਰਨ ਜਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕੋਈ ਗੱਡੀ ਨੇ ਰਵਾਨਗੀ ਲੈਣੀ ਹੁੰਦੀ ਹੈ ਲੇਕਿਨ ਜਦੋਂ ਉੱਧਰੋਂ ਜਿਹੜੀ ਗੱਡੀ ਇੱਥੇ ਆ ਰਹੀ ਹੈ ਅੰਮ੍ਰਿਤਸਰ ਸਟੇਸ਼ਨ ਦੇ ਵਿੱਚ ਚਾਹੇ ਚੰਡੀਗੜ੍ਹ ਤੋਂ ਜਾਂ ਅੰਬਾਲੇ ਤੋਂ ਕਿਤੋਂ ਵੀ ਇੱਧਰ ਆ ਰਹੀ ਹੈ ਤਾਂ ਉਹਨੂੰ ਮਾਨਾ ਵਾਲੇ ਦੇ ਕੋਲ ਜਾਂ ਹੋਰ ਜਿਹੜੇ ਸਟੇਸ਼ਨ ਆ ਉੱਥੇ ਰੋਕ ਦਿੱਤਾ ਜਾਂਦਾ ਕਰੋਸਿੰਗ ਵਾਸਤੇ ਜਦੋਂ ਤੱਕ ਇੱਥੋਂ ਅੰਮ੍ਰਿਤਸਰ ਸਟੇਸ਼ਨ ਤੋਂ ਜਿਹੜੀ ਟ੍ਰੇਨ ਰਵਾਨਗੀ ਕਰਕੇ ਉਸ ਟ੍ਰੇਨ ਨੂੰ ਕਰੋਸ ਨਹੀਂ ਕਰ ਜਾਂਦੀ ਉਦੋਂ ਤੱਕ ਉੱਧਰੋਂ ਅੰਮ੍ਰਿਤਸਰ ਆਉਣ ਵਾਲੀ ਟ੍ਰੇਨ ਨੂੰ ਨਹੀਂ ਆਉਣ ਦਿੱਤਾ ਜਾਂਦਾ ਔਰ ਇਸ ਦੌਰਾਨ ਜਿਹੜਾ ਇੱਕ ਤੋਂ ਦੋ ਘੰਟੇ ਉਹਨਾਂ ਨੂੰ ਰੇਲਵੇ ਸਟੇਸ਼ਨ ਪਿੱਛੇ ਮਾਨਾ ਵਾਲਾ ਰੇਲਵੇ ਸਟੇਸ਼ਨ ਜਿਹੜਾ ਉੱਥੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਔਰ ਕਾਫੀ ਲੇਟ ਲਤੀਫੀ ਉਸ ਕਾਰਨ ਹੋ ਜਾਂਦੀ ਬਿਲਕੁਲ ਮੁਸਾਫਰ ਲੇਟ ਲਤੀਫੀ ਤੋਂ ਪਰੇਸ਼ਾਨ ਹੈ ਤਾਂ ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਤੇ ਆਪਣੀ ਸੁਰੱਖਿਆ ਨੂੰ ਲੈ ਕੇ ਗੰਭੀਰ ਨੇ ਹੁਣ ਵੇਖਣਾ ਹੋਵੇਗਾ ਕਿ ਜੇ ਰੇਲ ਮੰਤਰੀ ਨੇ ਉਹ ਕਿੰਨੇ ਕੁ ਗੰਭੀਰਤਾ ਵਿਖਾਉਂਦੇ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਿਉਂਕਿ ਪਿਛਲੀ ਵਾਰ ਵੀ ਕਾਫੀ ਐਲਾਨ ਹੋਏ ਪਰ ਜੇਕਰ ਹਕੀਕਤ ਦੀ ਗੱਲ ਕੀਤੀ ਜਾਵੇ ਹਕੀਕਤ ਦੀ ਜੋ ਤਸਵੀਰ ਹੈ ਕੁਝ ਜ਼ਿਆਦਾ ਨਹੀਂ ਬਦਲੀ ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਕਿੰਨੇ ਕੁ ਐਲਾਨ ਹੁੰਦੇ ਤੇ ਇਹਨਾਂ ਐਲਾਨਾਂ ਨੂੰ ਹਕੀਕਤ ਦੇ ਵਿੱਚ ਕਦੋਂ ਬਦਲਿਆ ਜਾਂਦਾ ਹੈ ਸ਼ਿਮਲਾ ਲੈ ਚੱਲਦੇ ਆ ਸ਼ਿਮਲਾ ਦੇ ਲੋਕਾਂ ਦੀ ਆਖਰ ਕੀ ਉਮੀਦਾਂ ਨੇ ਵਿਸ਼ਾਲ ਦਿਵੇਦੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਜੀ ਵਿਸ਼ਾਲ ਕੀ ਕਹਿ ਰਹੇ ਨੇ ਸ਼ਿਮਲਾ ਦੇ ਲੋਕ ਕੀ ਕੁਝ ਉਮੀਦਾਂ ਨੇ ਇਸ ਰੇਲ ਬਜਟ ਤੋਂ शिमला में जो ज्यादा लोग हैं वो पर्यटक आते हैं और पर्यटकों के लिए ये जो टॉय ट्रेन है जैसे कि आप देख सकते हैं ये जो टॉय ट्रेन है ये एक बहुत बड़ा अट्रैक्शन का चीज रहती है। तो जी पंजाब हरियाणा हिमाचल से बात करते हुए जो पर्यटकों ने ये कहा है कि इसकी टॉय ट्रेन की जो फ्रिक्वेंसी है वो बहुत कम है। मतलब जितनी जो ट्रेनें चलती हैं कालका से लेकर शिमला तक वो रहता है शिमला आने का इस टॉय ट्रेन का। तो कहीं ना कहीं लोग जहां इस ट्रेन की फ्रीक्वेंसी ज्यादा से ज्यादा ट्रेन इस चलाई जाए उसकी मांग कर रहे हैं तो वहीं जो पर्यटक हैं वो ये भी मांग कर रहे हैं कि इन ये जो ट्रेन है इसमें सुविधाओं के नाम पर कुछ भी नहीं है। तो क्योंकि एक वर्ल्ड हेरिटेज साइट है विश्व धरोहर है ये तो इसके अंदर सुविधा की बढ़ोतरी करनी चाहिए कहीं ना कहीं सफाई का सुविधा का और सुरक्षा के लिए भी इसकी मांग लगातार उठ रही है। जी जी जब मोदी सरकार आई था जो स्वच्छ भारत अभियान नाल लेके आई है ते स्वच्छ रेल का सुपना भी मुसाफरों को दिखाया गया विशाल पिछली बार भी कई ऐलान किए गए पर हकीकत की है कि स्वच्छ रेल का सुपना पूरा होता दिखाई दे रहा है कि पिछले साल नालों इस बार तस्वीर कुछ बदली है की हाल है उत्थे स्टेशन का। हालात तो यहाँ पे बहुत बुरे हैं। अगर हम अपने कैमरामैन को आपको उनको बोलें कि वो पैन करके दिखाएं तो जैसे देखा जा सकता है कि प्लेटफॉर्म में जो गंदगी होती है अगर उसके सफाई कर्मचारी उसकी सफाई भी करते हैं तो उसको ट्रैक के ऊपर घेर दिया जाता है। और जहां तक रही रेल की बात हिमाचल में तो हिमाचल काफी पिछड़ा रहा है क्योंकि 1956 में जब ऊना से लेकर तड़वाला तक की एक जो 84 किलोमीटर का रेलवे ट्रैक था उसके बाद से लगभग 4 या 5 दशक 6 दशक ऐसे और हो चुके हैं कि हिमाचल में कोई भी नया रेलवे ट्रैक नहीं है। और ये जो रेलवे ट्रैक है जो विश्व धरोहर है ये भी 1903 से कमीशन हुआ था। इसका काम 1898 में शुरू हुआ था और जोगिंदरगढ़ धर्मशाला वाला जो ट्रैक है वो भी लगभग इसी समय का है। तो आजादी से पहले के ये दो रेलवे ट्रैक हैं जो अंग्रेजों ने बनाए थे और वो भी पर्यटन के लिए। उसके बाद 1956 में एक 84 किलोमीटर का ट्रैक ही हिमाचल को मिल पाया है। तो कहीं ना कहीं हिमाचल अपने आप को रेलवे के बजट से या रेलवे के डेवलपमेंट में अपने आप को दूर खड़ा पाता है क्योंकि अभी तक हिमाचल में 1956 के बाद कोई भी नया रेलवे ट्रैक नहीं बिछा है जो हिमाचल के लिए, क्योंकि हिमाचल में पर्यटन भी है और कहीं ना कहीं इंडस्ट्री भी हिमाचल में आ रही है। तो पर्यटन के लिए भी और इंडस्ट्री के लिए भी ये एक काफी ड्रॉबैक रहता है कि रेल ट्रैक हिमाचल में नहीं है क्योंकि हिमाचल में जो बड़ी इंडस्ट्रीज हैं जैसे मिडिल और लास्ट स्केल इंडस्ट्रीज जो हैं बद्दी ब्रोटी वाला नालागढ़ में उसमें भी जो रेल संपर्क है वहां भी सबसे नजदीकी रेल संपर्क भी कम से कम 30 से 35 किलोमीटर दूर है जिससे इंडस्ट्री के लिए भी हिमाचल को काफी पिछड़ना पड़ रहा है क्योंकि रेल कनेक्टिविटी नहीं है। वहीं पर्यटन के हिसाब से अगर कहा जाए तो 1903 में जहां तक ये शिमला तक ये रेलवे ट्रैक बना था उसके आगे इसका इजाफा
कभी भी नहीं हुआ। तो कहीं दोनों ही तरफ से हिमाचल इंडस्ट्री के लिहाज से अगर देखा जाए तब भी और पर्यटन के लिहाज से देखा जाए तब भी हिमाचल अपने आप को रेलवे बजट के कहीं ना कहीं बाहर अपने आप को खड़ा पाता है। तो इस साल उम्मीद जरूर जताई जा रही है कि हिमाचल को शायद जो प्रभु हैं वो कृपा करेंगे और 1956 के बाद कोई ना कोई नया रेल ट्रैक हिमाचल को दोबारा मिल पाएगा। सो बिल्कुल विशाल उम्मीद थे, दुनिया कायम है, उम्मीद इस बार भी की जा रही है कि जो हिमाचल रेलवे स्टेशन से उन्होंने विकास होवे, क्योंकि हिमाचल के लोगों को काफी दिक्कत का सामना करना पै रहा, ना कोई विकास होया है क्योंकि काफी अहम रखता है हिमाचल रेलवे स्टेशन, पर कोई जो तस्वीर है कुछ ज्यादा नहीं बदली, कई साल हो चुके हैं। तो इस बार उम्मीद यही की जा रही है कि जो रेल मंत्री सुरेश प्रभु ने वो कुछ कृपा करन हिमाचल वासियां ते भी। जी जी बिल्कुल अर्श, हिमाचल दे नाल नाल हरियाणा तो अंबाला तो अमन कपूर भी साड़ नाल जुड़े हुए ने और चंडीगढ़ तो कुलवीर दीवान भी ने। अमन कपूर कोल पहला चलांगे। अमन, जिस तरह कुछ नवियां प्रीमियम ट्रेनां दा ऐलान हो सकता है इस बार दे बजट दे विच कि ट्रेनां ने जिहड़ियां नवियां घट लियांदियां जाणगियां, हालांकि बोगियां ने जिहड़ियां ओह वधाईयां जा सकदियां ने, पर जे अंबाला शहर की गल करिए तां अंबाला दे लोकां नूं की उम्मीदां सी कि किहड़ियां किहड़ियां नवियां ट्रेनां हो सकदियां ने, अंबाला दा ट्रेन नैटवर्क है जिहड़ा कित्थों कित्थों ताकि और कितों होर लोड महसूस की जा रही है लोगों वालों। देखिए अंबाला जो रेलवे स्टेशन है काफ़ी अहम रेलवे स्टेशन माना जाता है कनेक्टिविटी के हिसाब से, कई राज्यों के लिए यहाँ से ट्रेनें निकलती हैं, लाखों लोग यहाँ से सफ़र करते हैं, तो यहाँ के जो रेल यात्री हैं उनकी मांग यही रहती है कि यहाँ ट्रेनें और बढ़ाई जानी चाहिए, जो सुविधाएं हैं ट्रेनों में वो बढ़ाई जानी चाहिए, सुरक्षा की हमेशा कोताही बरती जाती है उनमें लोग चाहते हैं कि वो जरूर की जाए, ताकि ये रेलवे स्टेशन है सुरक्षा की दृष्टि से भी काफ़ी अहम माना जाता है, जो ट्रेनों में खाना मिलता है उसको लेकर उसकी क्वालिटी को लेकर भी थोड़ी बढ़ोतरी की जानी चाहिए, क्योंकि बहुत ज़्यादा खराब क्वालिटी रहती है। बात ट्रेनों की जाए तो यात्री जो हैं वो चाहते हैं कि जो ट्रेनें हैं वो समय अनुसार चलें, पंक्चुअलिटी बहुत ज़रूरी है क्योंकि काफ़ी ज़्यादा भीड़ ट्रेनों में हो जाती है जब ट्रेनें लेट होती हैं, गंदगी की समस्या हो जाती है, तो इस तरह की समस्याएं का सामना जो है बहुत ज़्यादा लोगों को करना पड़ता है। लेकिन पिछले दिनों की बात की जाए तो बहुत ज़्यादा चेंजेस दिखाई दिए हैं, साफ़ सफाई को लेकर बहुत ज़्यादा जो है इम्प्रूवमेंट हुई है, लेकिन फिर भी लोग चाहते हैं कि तेज़ी से जो है इम्प्रूवमेंट की जाए, जो बढ़ोतरी है वो जो है ट्रेनों की जाए, ताकि समस्याएं जो सालों से लोग सहते आ रहे हैं वो दूर हो जाएं, क्योंकि ये रेलवे स्टेशन जो है बहुत लंबे समय से ऐसी डिमांड्स लेकर आता रहा है, इसको वर्ल्ड क्लास रेलवे स्टेशन बनाया जाना था, वो काम बीच में ही रह गया, एस्केलेटर्स लगाए जाने थे, हालांकि दो एस्केलेटर्स लगाए गए लेकिन उसके बाद यहाँ कोई भी बड़ा चेंज नहीं हुआ। अभी कुछ दिन पहले ऐलान हुआ था कि A1 कैटेगरी का स्टेशन को बनाया जाना है, तो ये भी चीज बीच में ही रह गई, तो बजट कहीं ना कहीं इस रेलवे स्टेशन के लिए खास रहे तो जरूर दिक्कतें दूर होंगी, क्योंकि वाटर बॉटलिंग प्लांट लगाने की बात हुई थी वो भी नहीं लग पाया, तो इस तरह की जो चीजें हैं बहुत लंबे समय से यहाँ के जी बिल्कुल अमन, क्योंकि हर लोगों की हर इलाके के लोगों दी ये उम्मीदा होंदियां ने कि सफाई होनी चाहिए, केटरिंग का वधिया प्रबंध होना चाहिए, ट्रेन टाइम सिर आना, अंबाला दे रेलवे स्टेशन की तुसी गल दसी है कि बहुत सारे ऐलान हुए पर बहुत सारे कार्य हाले तक भी अधूरे पे ने। सो केटरिंग की गल चली सी, जे केटरिंग लोग चाहते हैं कि चंगी हो, सफाई चंगी हो, उसते यकीनन है कि किराया भी चार्ज भी वधे। सो इस नाल तुहानूं दस्सदे क्यों वधेगा रेलवे ते माली बोझ, इस तुहानूं समझाउण दी कोशिश कर रहे कि रेलवे की जो आमदनी है 3.77% घटी, तो कवाई कटन कारण रेलवे को 1.17 हज़ार करोड़ का नुकसान है, तो तनखा कमीशन सिफारिश वाली 32 हज़ार करोड़ रुपए की जरूरत है, इंफ्रास्ट्रक्चर वधाउण दे लई फंड की जरूरत है। सो रेलवे की आमदनी 3.77% घटी है, तनखा कमीशन के सिफारिश लिए 32 हज़ार करोड़ रुपए की जरूरत है, इंफ्रास्ट्रक्चर बढ़ाने लिए फंड की जरूरत है, रेलवे से पहला ही भारी कर्ज है, पर इस भी कहा जा रहा है हर्षण कि किराया नहीं बढ़ेगा, पर जो कमाई का साधन की रहेगा प्रीमियम जो किराया है वो बढ़ाया जा सकता है। बिल्कुल बिल्कुल अर्श, जिम्मे मौजूदा जो वित्तीय साल है उस सरकार का एक फोकस है कि घाटे ना सिर्फ घटाना है बल्कि 2 लाख करोड़ रुपए का एक्स्ट्रा जी इनकम भी करनी है रेलवे तो वह भी बिना किराया बधाए, तो हो सकता है कि किराया जरा इनडायरेक्ट तरीके वाधा बिल्कुल किराया नहीं बढ़ेगा पर प्रीमियम किराया इसी कोच तकिया फोन चार्जर वर्गिया सुविधावां देके दूजे तरीके नाल पैसा वसूलिया जा सकता है। इस नाल ही हाई स्पीड स्पेशल ट्रेनां दा ऐलान कर रेल दी इनकम वधाउण दा ऐलान भी हो सकता है, उधर प्रीमियम ट्रेनां दी संख्या वधाई जा सकती है, तां हर ट्रेन च जनरल कोच वधाउण दा ऐलान भी हो सकता है। सो सिद्धे तौर ते किराया तां नहीं वधाया जाएगा पर असिद्धे तौर ते जो इनकम दा
जो सोर्स है वह वधाई जाएगी क्योंकि रेलवे की आमदनी 3.77% घटी है। कमाई घटने कारण रेलवे को 1.17 हज़ार करोड़ का जो नुकसान होया तो इस नुकसान की भरपाई देखना होगा किस तरीके रेल मंत्री करते हैं। बिल्कुल ਲੋਕਾਂ ਦੀ ਨਜ਼ਰ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਪਿਟਾਰੇ ਤੇ ਹੈ। ਮੋਹਾਲੀ ਦੇ ਲੋਕ ਇਸ ਪਿਟਾਰੇ ਤੋਂ ਮਹਿੰਗਾਈ ਨਾ ਵਧਣ ਦੀ ਉਮੀਦ ਜਤਾ ਰਹੇ ਨੇ, ਨਾਲ ਹੀ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦੀ ਵੀ ਮੰਗ ਕਰ ਰਹੇ ਨੇ। ਰੇਲ ਬਜਟ ਨਜ਼ਦੀਕ ਹੈ, ਅਜਿਹੇ ਵਿੱਚ ਹਰ ਕਿਸੇ ਨੂੰ ਪ੍ਰਭੂ ਦੇ ਇਸ ਪਿਟਾਰੇ ਦੇ ਖੁੱਲਣ ਦਾ ਇੰਤਜ਼ਾਰ ਹੈ ਅਤੇ ਹਰ ਕੋਈ ਆਪਣੇ ਖੇਤਰ ਦੇ ਲਈ ਸੌਗਾਤ ਦੀ ਉਮੀਦ ਜਤਾ ਰਿਹਾ ਹੈ। ਇਹ ਹੈ ਮੋਹਾਲੀ ਰੇਲਵੇ ਸਟੇਸ਼ਨ। ਇੱਥੇ ਸੁਰੱਖਿਆ ਦੇ ਇੰਤਜ਼ਾਮ ਬਦ ਤੋਂ ਬਦਤਰ ਨੇ। ਨਾ ਐਂਟਰੀ ਗੇਟ ਤੇ ਕੋਈ ਮੈਟਲ ਡਿਟੈਕਟਰ ਹੈ ਅਤੇ ਨਾ ਹੀ ਸਟੇਸ਼ਨ ਤੇ ਪੁਖਤਾ ਸੁਰੱਖਿਆ ਦਿਖਾਈ ਦਿੰਦੀ ਹੈ। ਅਜਿਹੇ ਵਿੱਚ ਯਾਤਰੀ ਖੁਦ ਨੂੰ ਜ਼ਰਾ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਹ ਵਜ੍ਹਾ ਹੈ ਕਿ ਉਹ ਪ੍ਰਭੂ ਤੋਂ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਪੁਖਤਾ ਕਰਨ ਦੀ ਮੰਗ ਕਰ ਰਹੇ ਨੇ। ਮੇਰੀ ਬਿਲਕੁਲ ਚੈਕਿੰਗ ਨਹੀਂ ਹੋਈ, ਨਾ ਹੀ ਯਹਾਂ ਪੇ ਕੋਈ ਮੈਟਲ ਡਿਟੈਕਟਰ ਹੈ। ਮੁਝੇ ਲਗਤਾ ਹੈ ਕਿ ਇਸ ਤਰ੍ਹਾਂ ਸੇ ਅਗਰ ਰਹੇ ਤੋ ਕਭੀ ਵੀ ਅਗਰ ਹਮਲਾ ਹੋ ਜਾਏ ਤੋ ਮੁਝੇ ਨਹੀਂ ਲਗਤਾ ਕਿ ਹਮ ਸਭ ਸੇਫ ਹੈ ਯਹਾਂ ਪੇ। ਔਰ ਇਹ ਜੋ ਪਿੱਛੇ ਆਪ ਚੌਂਕੀ ਦੇਖ ਸਕਤੇ ਹੈ, ਯਹਾਂ ਪੇ ਵੀ ਪਹਿਲੇ ਕੋਈ ਥਾਂ ਨਹੀਂ। ਅਭੀ ਰੀਸੈਂਟਲੀ ਅਭੀ ਥੋੜ੍ਹੀ ਦੇਰ ਪਹਿਲੇ ਯੇ ਬਾਹਰ ਆਏ ਹੈਂ, ਪਹਿਲੇ ਮੁਝੇ ਲਗਤਾ ਹੈ ਸੋ ਰਹੇ ਥੇ ਸਾਰੇ। ਇੱਥੇ ਤਾਂ ਕੋਈ ਦੇਖਿਆ ਨਹੀਂ ਗਾ ਅਸੀਂ ਤਾਂ, ਕੋਈ ਆਇਆ ਕੋਈ ਦੇਖਦਾ ਨਹੀਂ, ਕੋਈ ਵੇਖਦਾ ਨਹੀਂ, ਕੋਈ ਚੈਕਿੰਗ ਹੋਈ ਆ? ਕੋਈ ਚੈਕਿੰਗ ਨਹੀਂ ਹੋਈ। ਸਕਿਉਰਿਟੀ ਕੇ ਨਾਮ ਪੇ ਵਾਕ ਹੋਣਾ ਚਾਹੀਏ, ਕੁਛ ਤਾਂ ਹੋਣਾ ਚਾਹੀਏ। ਮੈਂ ਤਾਂ ਚਾਹਤੀ ਹੂੰ ਕਮਾਂਡੋ ਵੀ ਹੋਣੇ ਚਾਹੀਏ, 4-5 ਔਰ ਪੁਲਿਸ ਵਾਲੇ ਵੀ ਹੋਣੇ ਚਾਹੀਏ, ਹੋਣੇ ਚਾਹੀਏ। ਸਰਕਾਰ ਕਹਿਤੀ ਤਾਂ ਹੈ, ਯੇ ਕਰੇਂਗੇ ਵੋ ਕਰੇਂਗੇ, ਪਰ ਕਰਤੀ ਕੁਛ ਨਹੀਂ। ਮੋਹਾਲੀ ਰੇਲਵੇ ਸਟੇਸ਼ਨ ਤੇ ਸੁਰੱਖਿਆ ਦੀ ਸੱਚਾਈ ਤੁਸੀਂ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। ਪੂਰੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਹਿਜ਼ 4 ਜਵਾਨਾਂ ਦੇ ਕੋਲ ਹੈ, ਜਿਨ੍ਹਾਂ ਦੇ ਲਈ ਟੈਂਟ ਵਿੱਚ ਚੌਕੀ ਬਣਾਈ ਗਈ ਹੈ, ਜਿੱਥੇ ਨਾ ਬਿਜਲੀ ਹੈ ਨਾ ਪਾਣੀ। ਯੇ ਤੰਬੂ ਮੇ ਰਹਿਣੇ ਕੋ ਮਜਬੂਰ ਹੈ, ਜੋ ਜਿਨਕੇ ਜ਼ਿੰਮੇ ਰੇਲਵੇ ਸਟੇਸ਼ਨ ਕੀ ਸੁਰੱਖਿਆ ਹੈ। ਆਪ ਦੇਖ ਸਕਤੇ ਹੈ, ਕੋਈ ਯਹਾਂ ਪਰ ਲਾਈਟ ਕਾ ਇੰਤਜ਼ਾਮ ਨਹੀਂ ਹੈ, ਨਾ ਹੀ ਯਹਾਂ ਪਰ ਕਿਸੀ ਤਰ੍ਹਾਂ ਕਾ ਕੁਛ ਯਹਾਂ ਪਰ ਇਨਕੋ ਖਾਨੇ ਕਾ ਇੰਤਜ਼ਾਮ ਹੈ। ਈਵਨ ਕਿ ਜੋ ਹੈੱਡ ਕਾਂਸਟੇਬਲ ਜੋ ਯਹਾਂ ਪਰ ਸਿਕਿਉਰਿਟੀ ਮੇ ਤੈਨਾਤ ਹੈ, ਉਨਕਾ ਯੇ ਕਹਿਣਾ ਹੈ ਕਿ ਯਹਾਂ ਪਰ ਜੋ ਸ਼ੌਚਾਲਿਆ ਕੀ ਸੁਵਿਧਾ ਹੈ ਵੋ ਵੀ ਸਟੇਸ਼ਨ ਮਾਸਟਰ ਜੋ ਹੈ ਉਨ੍ਹਾਂ ਨੇ ਵਹਾਂ ਪਰ ਤਾਲਾ ਲਗਾ ਰੱਖਾ ਹੈ। ਚੰਡੀਗੜ੍ਹ ਤੋਂ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈਸ ਦੀ ਸੁਰੱਖਿਆ ਦਾ ਕੀ ਹਾਲ ਹੈ ਤੁਸੀਂ ਖੁਦ ਸੁਣ ਲਓ। ਨਹੀਂ ਕੋਈ ਚੈਕਿੰਗ ਨਹੀਂ ਹੈ ਯਹਾਂ ਪੇ, ਕੋਈ ਚੈਕਿੰਗ ਨਹੀਂ, ਸਿਕਿਉਰਿਟੀ ਰਾਮ ਭਰੋਸੇ ਹੈ। सिक्योरिटी तो सर डेफिनेटली वी आर पेइंग दैट टैक्स, तो सिक्योरिटी तो होनी चाहिए। सर यही एक्सपेक्टेशन है कि अगर टैक्स लगा रही है तो उसको पूरा मतलब कि यूटिलाइज करना चाहिए जो पैसा, अदरवाइज कोई फायदा नहीं उसका। देखिए इतने स्टेशन से कोई मुलाजिम नहीं सीगा, कोई लेडीज कॉन्स्टेबल नहीं सी, तो ये होने चाहिए है। इस बजट विच जिथे यात्री सुरक्षा की खास मांग कर रहे ने उथे ओ चाहते ने कि रेल बजट तो उनादे बजट ते असर ना पाए। जो इकोनॉमी है हमारी इतनी बढ़िया चल रही है तो उसके हिसाब से इनको किराए में कम से कम बढ़ोतरी नहीं करनी चाहिए। जरा जी महंगाई वधन अते कटन ते आम जनता दे बजट ते खासा असर पैंदा है अते हुण उना लोका दी नज़र रेल बजट ते है जो रेल तो वादू सफर करदे ने। देखना होएगा प्रभु दे पिटारा खुलन तो बाद यात्रियां दी किहड़ियां किहड़ियां मंगा पूरियां हुंदियां ने। पुनीत परिंजा, जी मीडिया, मोहाली। ਸੋ ਸਿਕਿਉਰਿਟੀ ਰਾਮ ਭਰੋਸੇ ਹੈ, ਮੁਸਾਫਰ ਇਹ ਕਹਿੰਦੇ ਹੋਏ ਵਿਖਾਈ ਦੇ ਰਹੇ ਨੇ। ਕਾਫੀ ਗੰਭੀਰ ਮੁੱਦਾ ਹੈ ਸੁਰੱਖਿਆ ਦਾ। ਸੁਰੱਖਿਆ ਲੈ ਕੇ ਵੱਡੀਆਂ ਖਾਮੀਆਂ ਹਰ ਰੇਲਵੇ ਸਟੇਸ਼ਨ ਤੇ ਵੇਖਣ ਨੂੰ ਮਿਲਦੀਆਂ ਨੇ। ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਪਹਿਲਾਂ ਦੀਨਾਨਗਰ ਤੇ ਦਹਿਸ਼ਤਗਰਦੀ ਹਮਲਾ ਹੋਇਆ, ਉਸ ਤੋਂ ਬਾਅਦ ਪਠਾਨਕੋਟ ਤੇ ਦਹਿਸ਼ਤਗਰਦੀ ਹਮਲਾ ਹੋਇਆ, ਉਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਉੱਠੇ, ਪਰ ਅਲਰਟ ਪੁਲਿਸ ਅਜੇ ਵੀ ਨਹੀਂ ਵਿਖਾਈ ਦੇ ਰਹੀ। ਰਾਜਨ ਗੋਸਾਈ, ਜੀ ਮੀਡੀਆ ਪੱਤਰਕਾਰ, ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਦੇ ਕਿਸ ਤਰੀਕੇ ਦੇ ਇੰਤਜ਼ਾਮ ਨੇ ਸਟੇਸ਼ਨ ਤੇ, ਇਹ ਰਾਜਨ ਤੋਂ ਪੁੱਛਦੇ ਆ। ਜੀ ਰਾਜਨ, ਹਕੀਕਤ ਦੇ ਵਿੱਚ ਸੁਰੱਖਿਆ ਦੀ ਕੀ ਤਸਵੀਰ ਹੈ, ਕਿੰਨੀ ਕੁ ਸਿਕਿਉਰਿਟੀ ਨਜ਼ਰ ਆ ਰਹੀ ਹੈ ਰੇਲਵੇ ਸਟੇਸ਼ਨ ਤੇ? ਜੀ ਸ਼ਰਨ, ਜੇ ਗੱਲ ਕਰੀਏ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ, ਤੇ ਇੱਥੇ ਸੁਰੱਖਿਆ ਜਿਹੜੇ ਕਰਮੀ ਨੇ ਉਹ ਚੱਪੇ ਚੱਪੇ ਦੇ ਜਿਹੜੇ ਕੁਛ ਕੁਛ ਦੂਰੀ ਤੇ ਜ਼ਰੂਰ ਦਿਖਾਈ ਦਿੰਦੇ ਨੇ, ਲੇਕਿਨ ਜਿਹੜੀ ਐਂਟਰੈਂਸ ਨੇ ਰੇਲਵੇ ਸਟੇਸ਼ਨ ਦੀ, ਉੱਥੇ ਕਿਤੇ ਵੀ ਕੋਈ ਮੈਟਲ ਡਿਟੈਕਟਰ ਨਹੀਂ ਹੈ। ਕਿਸੇ ਵੀ ਯਾਤਰੀ ਨੂੰ ਉੱਥੇ ਰੋਕ ਕੇ ਕਿਸੇ ਦੀ ਚੈਕਿੰਗ ਨਹੀਂ ਕੀਤੀ ਜਾਂਦੀ, ਤਾਂ ਕਿ ਜੇ ਕੋਈ ਸ਼ੱਕੀ ਵਿਅਕਤੀ ਵੀ ਹੈ ਜਾਂ ਉਸ ਤਰ੍ਹਾਂ ਵੀ ਜੇ ਸਮਾਨ ਕੋਈ ਲੈ ਕੇ ਆ ਰਿਹਾ ਉਹਦੀ ਕੋਈ ਤਲਾਸ਼ੀ ਕੀਤੀ ਜਾਵੇ, ਜੇ ਕੋਈ ਅਸਮਾਜਿਕ ਤੱਤਵ ਜੇ ਉਹ ਆਪਣੇ ਕੋਈ ਹਥਿਆਰ ਜਾਂ ਕੋਈ ਅਸਲਾ ਬਰੂਦ ਲੈ ਕੇ ਜੇ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਰੇਲ ਦੇ ਵਿੱਚ ਕੋਈ ਸਫ਼ਰ ਕਰਦਾ ਤੇ ਉਹਦੀ
ਦੀ ਤਲਾਸ਼ੀ ਲਈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ। ਹਾਂ, ਪੁਲਿਸ ਮੁਲਾਜ਼ਮ ਇੱਥੇ ਜ਼ਰੂਰ ਜਿੱਥੇ ਇਨਕੁਆਇਰੀ ਹੈ ਉੱਥੇ ਜ਼ਰੂਰ ਉੱਥੇ ਖੜੇ ਹੁੰਦੇ ਨੇ ਔਰ ਕੁਛ ਕੁਛ ਦੂਰੀ ਦੇ ਵਿਖਾਈ ਜ਼ਰੂਰ ਦੇ ਜਾਂਦੇ ਨੇ। ਲੇਕਿਨ ਜੇ ਗੱਲ ਕਰੀਏ ਸੁਰੱਖਿਆ ਵਿਵਸਥਾ ਦੀ ਤਾਂ ਇੱਥੇ ਆਉਣ ਵਾਲਾ ਕੋਈ ਵੀ ਮੁਸਾਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਸਫੋਟਕ ਪਦਾਰਥ ਜਾਂ ਹੋਰ ਜਿਹੜੇ ਪਦਾਰਥ ਹੁੰਦੇ ਨੇ ਉਹਨਾਂ ਨੂੰ ਲੈ ਕੇ ਆ ਸਕਦਾ ਹੈ। ਯਾਨੀ ਕਿ ਸਮਾਨ ਦੀ ਚੈਕਿੰਗ ਨਹੀਂ ਹੁੰਦੀ, ਜਿਹੜਾ ਮੁਸਾਫਿਰ ਸਟੇਸ਼ਨ ਤੇ ਆਉਂਦਾ ਹੈ ਬਿਨਾਂ ਸਮਾਨ ਦੀ ਚੈਕਿੰਗ ਕੀਤੇ ਉਹ ਆਪਣਾ ਜੋ ਸਫ਼ਰ ਹੈ ਅੱਗੇ ਵਧਾਉਂਦਾ ਹੈ। ਜੀ ਬਿਲਕੁਲ ਹਰਸ਼ਨ, ਔਰ ਇਸ ਤਰ੍ਹਾਂ ਹੀ ਜੇ ਗੱਲ ਕੀਤੀ ਜਾਵੇ ਕਿ ਜੇ ਕੋਈ ਵੀ ਵਿਅਕਤੀ ਜਿਹੜਾ ਕਿਸੇ ਆਪਣੇ ਕੋਈ ਅੰਜਾਮ ਦੇਣਾ ਹੋਵੇ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨੂੰ ਤੇ ਉਹ ਆਸਾਨੀ ਨਾਲ ਇੱਥੇ ਆ ਜਾ ਸਕਦਾ ਹੈ। ਉਹਨੂੰ ਕੋਈ ਮੈਟਲ ਡਿਟੈਕਟਰ ਦੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਇੰਤਜ਼ਾਮ ਨਹੀਂ ਹੈ। ਪਹਿਲਾਂ ਮੈਟਲ ਡਿਟੈਕਟਰ ਲੱਗੇ ਵੀ ਹੁੰਦੇ ਸਨ ਲੇਕਿਨ ਉਹ ਵੀ ਜਿਹੜੇ ਕੰਮ ਨਹੀਂ ਸੀ ਕਰਦੇ। ਜੇ ਹੁਣ ਗੱਲ ਕੀਤੀ ਜਾਵੇ ਤੇ ਸੁਰੱਖਿਆ ਕਰਮੀ ਜਿਹੜੇ ਇੱਥੇ ਜ਼ਰੂਰ ਦਿਖਾਈ ਦਿੰਦੇ ਨੇ, ਲੇਕਿਨ ਜੇ ਕਿਸੇ ਦੀ ਤਲਾਸ਼ੀ ਜਾਂ ਕੋਈ ਵੀ ਮੁਸਾਫਿਰ ਜਿਹੜਾ ਇੱਥੇ ਆਉਂਦਾ ਉਹਦੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ। ਜਿੰਨਾ ਮਰਜ਼ੀ ਸਮਾਨ ਉਹ ਲੈ ਕੇ ਆ ਜਾਏ ਕੋਈ ਤਲਾਸ਼ੀ ਨਹੀਂ ਲਿੱਤੀ ਜਾਂਦੀ। ਤੇ ਕਿਹਾ ਜਾ ਸਕਦਾ ਕਿ ਦੀਨਾ ਨਗਰ ਔਰ ਪਠਾਨਕੋਟ ਦੇ ਹਮਲੇ ਤੋਂ ਬਾਅਦ ਵੀ ਸੁਰੱਖਿਆ ਦੇ ਇੰਤਜ਼ਾਮ ਇੱਥੇ, ਯਾਨੀ ਕਿ ਮੁਸਾਫਰ ਸਹੀ ਕਹਿ ਰਹੇ ਸੀ ਹਰਸ਼ਰਨ ਕਿ ਜੋ ਸੁਰੱਖਿਆ ਰਾਮ ਭਰੋਸੇ ਸਿਕਿਉਰਿਟੀ ਨੇ ਲੈ ਕੇ ਕਿਸੇ ਤਰੀਕੇ ਦੇ ਕੋਈ ਇੰਤਜ਼ਾਮ ਨਹੀਂ ਵੇਖ ਰਹੇ ਜੋ ਹਕੀਕਤ ਬਿਆਨ ਕਰ ਰਹੇ ਨੇ ਸਾਡੇ ਰਿਪੋਰਟਰ, ਕਿਉਂਕਿ ਸੁਰੱਖਿਆ ਇੱਕ ਵੱਡਾ ਮਸਲਾ ਹੈ, ਗੰਭੀਰ ਮਸਲਾ ਹੈ ਤੇ ਨਾ ਮੈਟਲ ਡਿਟੈਕਟਰ ਹੈ ਜਿਵੇਂ ਰਾਜਨ ਦੱਸ ਰਹੇ ਨੇ ਅਤੇ ਨਾ ਹੀ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਯਾਨੀ ਕਿ ਸਿਕਿਉਰਿਟੀ ਨੂੰ ਲੈ ਕੇ ਕਮੀ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਘਾਟ ਹੈ, ਕਿਉਂਕਿ ਸੁਰੱਖਿਆ ਇੱਕ ਵੱਡੀ ਸਹੂਲਤ ਹੁੰਦੀ ਹੈ, ਇੱਕ ਬਹੁਤ ਪ੍ਰਾਇੋਰਿਟੀ ਵਾਲੀ ਚੀਜ਼ ਹੈ। ਦਾਅਵੇ ਕਿਤੇ ਵੀ ਜਾਈਏ ਸਮੇਂ ਸਮੇਂ ਤੇ ਕਿਤੇ ਜਾਂਦੇ ਨੇ, ਪਰ ਦਾਅਵਿਆਂ ਦੀ ਜੋ ਹਕੀਕਤ ਹੈ ਉਹ ਸਾਫ ਬਿਆਨ ਹੋ ਰਹੀ ਹੈ। ਬਿਲਕੁਲ, ਇਸ ਦੇ ਨਾਲ ਹੀ ਕੁਲਵੀਰ ਦੀਵਾਨ ਅਰਸ਼ ਸਾਡੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ, ਉਹਨਾਂ ਕੋਲ ਚੱਲਦੇ ਹਾਂ ਹੁਣ। ਜੀ ਕੁਲਵੀਰ, ਜਿਸ ਤਰ੍ਹਾਂ ਦੇਖੀਏ ਕਿ ਸ਼ਤਾਬਦੀ ਤੇ ਰਾਜਧਾਨੀ ਜੋ ਗੱਡੀਆਂ ਹੁੰਦੀਆਂ ਨੇ, ਟ੍ਰੇਨਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਹਾਲਾਂਕਿ ਯਾਤਰੀ ਨੇ ਜਿਹੜੇ ਉਹ ਸੈਟੀਸਫਾਈਡ ਹੁੰਦੇ ਨੇ ਕਿ ਸੁਰੱਖਿਆ ਦੇ ਸਹੀ ਪ੍ਰਬੰਧ ਨੇ। ਪਰ ਦੂਸਰੀਆਂ ਟ੍ਰੇਨਾਂ ਦੀ ਜੇ ਗੱਲ ਕਰ ਲਈਏ, ਜਨਰਲ ਡੱਬਿਆਂ ਦੀ ਗੱਲ ਕਰ ਲਈਏ, ਤਾਂ ਇੱਥੇ ਚੰਡੀਗੜ੍ਹ ਦੀ ਜੇ ਖਾਸ ਕਰਕੇ ਗੱਲ ਕਰੀਏ, ਹਾਲਾਂਕਿ ਸਭ ਕਿਤੇ ਸੁਰੱਖਿਆ ਬਹੁਤ ਲਾਜ਼ਮੀ ਹੈ, ਪਰ ਇਹ ਰਾਜਧਾਨੀ ਹੈ ਪੰਜਾਬ ਤੇ ਹਰਿਆਣਾ ਦੀ। ਇੱਥੇ ਰੇਲਵੇ ਦੇ ਵਿੱਚ ਸੁਰੱਖਿਆ ਦੇ ਕੀ ਪ੍ਰਬੰਧ ਨੇ, ਕੀ ਲੋਕ ਕਹਿੰਦੇ ਨੇ ਸੁਰੱਖਿਆ ਦੇ ਬਾਰੇ? ਦੇਖੋ, ਜੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਮਾਮਲੇ ਵਿੱਚ, ਕਿਉਂਕਿ ਰਾਜਧਾਨੀ ਹੈ, ਰਾਜਧਾਨੀ ਹੋਣ ਦੇ ਨਾਤੇ ਇੱਥੇ ਸੁਰੱਖਿਆ ਦੇ ਜਿਹੜੇ ਸੁਰੱਖਿਆ ਦੀ ਜਿਹੜੀ ਵਿਵਸਥਾ ਉਹ ਥੋੜ੍ਹਾ ਜ਼ਰੂਰ ਹੈਗੀ, ਠੀਕ ਹੈਗੀ ਹੈ। ਮੈਟਲ ਡਿਟੈਕਟਰ ਇੱਥੇ ਜਿਹੜੇ ਹੈਗੇ ਨੇ ਉਹ ਲੱਗੇ ਹੋਏ ਨੇ ਤਾਂ ਕਿ ਕੋਈ ਵੀ ਜਿਹੜਾ ਵਿਅਕਤੀ ਹੈ, ਜਿਹੜਾ ਯਾਤਰੀ ਹੈ, ਆਪਣੇ ਨਾਲ ਇਹੋ ਜਿਹਾ ਕੋਈ ਸਮਾਨ ਲੈ ਕੇ ਨਾ ਆ ਸਕੇ ਜੋ ਹਾਰਮਫੁਲ ਹੋ ਸਕਦਾ ਹੈ। ਇਸ ਤਰ੍ਹਾਂ ਦੇ ਇੰਤਜ਼ਾਮ ਇੱਥੇ ਕੀਤੇ ਗਏ ਨੇ। ਫਿਰ ਵੀ ਅਜੇ ਸੁਰੱਖਿਆ ਦੀ ਪੂਰੀ ਤਰ੍ਹਾਂ ਗੱਲ ਕਰੀਏ ਤਾਂ ਸੁਰੱਖਿਆ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਦੇ ਮਨਾਂ ਵਿੱਚ ਰਹਿੰਦੀ ਹੈ। ਖਾਸ ਤੌਰ 'ਤੇ ਅਸੀਂ ਸਮੇਂ ਸਮੇਂ 'ਤੇ ਵੇਖਦੇ ਰਹਿੰਦੇ ਹਾਂ ਕਿ ਰੇਲਵੇ ਸਫ਼ਰ ਦੌਰਾਨ, ਰੇਲ ਦੇ ਸਫ਼ਰ ਦੌਰਾਨ ਕਈ ਹਾਦਸੇ ਵਾਪਰਦੇ ਨੇ ਲੋਕਾਂ ਦੇ ਨਾਲ। ਇਸ ਕਰਕੇ ਲੋਕ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਸੁਰੱਖਿਆ ਦੇ ਲਿਹਾਜ਼ ਨਾਲ ਚਾਹੁੰਦੇ ਨੇ ਕਿ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਨੇ। ਕੁਝ ਲੋਕ ਨੇ ਸਾਡੇ ਨਾਲ, ਅਸੀਂ ਉਹਨਾਂ ਦੇ ਨਾਲ ਗੱਲ ਕਰ ਲੈਂਦੇ ਹਾਂ। ਤੁਸੀਂ ਜੀ ਜੀ ਬਿਲਕੁਲ ਬਿਲਕੁਲ ਕੁਲਵੀਰ, ਅਸੀਂ ਲੋਕਾਂ ਦੀ ਵੀ ਰਾਏ ਜਾਣਾਂਗੇ, ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹਿਣਾ। ਬੋਲੇ ਟ੍ਰੇਨ ਦੇ ਵਿੱਚ ਅੱਜ ਅਸੀਂ ਪੂਰਾ ਦਿਨ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸਾਡੇ ਸਾਰੇ ਦਰਸ਼ਕਾਂ ਨੂੰ ਜੋੜ ਕੇ ਰੱਖਾਂਗੇ। ਸੁਰੱਖਿਆ ਹੋਵੇ ਜਾਂ ਫਿਰ ਕੇਟਰਿੰਗ ਵਿਵਸਥਾ ਹੋਵੇ ਜਾਂ ਫਿਰ ਰੇਲ ਦਾ ਕਿਰਾਇਆ ਹੋਵੇ ਜਾਂ ਫਿਰ ਰੇਲਾਂ ਵਧਾਉਣ ਦੀ ਗੱਲ ਹੋਵੇ, ਪੂਰੇ ਦੇਸ਼ ਵਾਸੀ